ਵਾਹਿਗੁਰੂ ਸਤਨਾਮ ਵਾਹਿਗੁਰੂ ਬੇਸ਼ੁਮਾਰ ਅਥਾਹ ਅਗੰਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਹਿ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵੈ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੋ
तुझते बाहर कोई ना है, सब जीव तेरे तू सब सदा मेरे साहा, सब तुझ ही माहे समाहे, सब ना की तू आस है मेरे प्यारे, सब तुझ है त्याव है मेरे साह, ज्यों पावे त्यों रख तू मेरे प्यारे, सच नानक के पात साह, सब ना की तू आस है मेरे प्यारे, सब तुझ है त्याव है मेरे साह, ज्यों पावे त्यों रख तू मेरे प्यारे, सच नानक के पात साह। वाहेगुरु जी का खालसा, वाहेगुरु जी की फतेह। सतगुरां दे पावन पवित्र चरण शरण दे अंदर सुभाईमान गुरु सवारे प्रेमी सतसंगी जनों, वड भागे हो आप जी सतगुरां दी पावन हजूरी विच सत संगत करन दा सुभाग आप जी नूं प्राप्त होया है। गुरबाणी कीर्तन गुरु सवारे गुरु के कीर्तनिया पासों आप जी ने सरवन कीते हन। अमृत वेले सचखंड श्री हरिमंदर साहब जी दे अंदर तखत ते सुभाईमान होके जो मुख वाक सतगुरु गुरु ग्रंथ साहब जी महाराज सच्चे पातशाह ने बख्शिश कीती है, तनासरी राग दे अंदर गुरु रामदास पातशाह जी का ये पावन शब्द गुरु ग्रंथ साहब जी दे मुबारक अंग 670 ते सुभाईमान है। पाठ आप जी ने सरवन किया है, आओ विचार गुरु कृपा द्वारा आप सारे मिलके सांझी करिए। जिन्ने भी सतसंगी गुरु दरबार अंदर सतगुरां दी कृपा करके जुड़े हो या देश विदेश दे अंदर इस सुभागे समय दी संभाल कर रहे हो, सारे सुरतियां बिरतियां नूं टिकाओ। शब्द गुरु सुरत तुन चेला वाली अवस्था बनाइए, सतगुरां दी कृपा दे पात्र बनदे होए सारे सतसंगी करो रसन पवित्र गज के बोलो सतनाम वाहेगुरु, फिर करो कृपा गज के बोलो सतनाम वाहे गुरु। मेरे शाह
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ। ਤਨਾਸਰੀ ਰਾਗ ਹੈ, ਮਹੱਲਾ ਚੌਥਾ ਤੋਂ ਭਾਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਸ਼ਾਹ ਸ਼ਬਦ ਲਗਭਗ ਹਰ ਪੰਗਤੀ ਦੇ ਅੰਦਰ ਸਤਿਗੁਰਾਂ ਨੇ ਵਰਤਿਆ, ਜਿਸ ਦਾ ਭਾਵ ਇਹ ਹੈ ਪਾਤਸ਼ਾਹ। ਸ਼ਾਹ ਸ਼ਬਦ ਇੱਥੇ ਪਾਤਸ਼ਾਹ ਵਾਸਤੇ ਵਰਤਿਆ ਗਿਆ। ਵੈਸੇ ਇਸੇ ਹੀ ਰੂਪ ਵਿੱਚ ਇਹ ਅੱਖਰ ਸੁਆਸਾਂ ਵਾਸਤੇ ਵੀ ਵਰਤਿਆ ਗਿਆ, ਜਿਹਨੂੰ ਆਪਾਂ ਕਹਿੰਦੇ ਹਾਂ ਸਾਹ। ਇੱਥੇ ਇਹ ਅੱਖਰ ਪਾਤਸ਼ਾਹ ਵਾਸਤੇ ਵਰਤਿਆ ਗਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਵਿੱਚ ਇਹ ਸ਼ਬਦ ਵਰਤ ਰਹੇ ਨੇ ਕਿ ਹੇ ਮੇਰੇ ਪਾਤਸ਼ਾਹ, ਤੇਰੇ ਦਰਸ਼ਨ ਦੇਖ ਕੇ ਹੀ ਮੈਨੂੰ ਸੱਚਾ ਆਨੰਦ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਗੈਰ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਦਰਸ਼ਨ ਕੀ ਹਨ ਇਹ ਵੀ ਗੱਲ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਸਮਝਾਈ ਹੈ। ਵੇਖੋ, ਪਾਤਸ਼ਾਹ ਸ਼ਬਦ, ਰਾਜਾ ਸ਼ਬਦ ਬਾਣੀ ਵਿੱਚ ਬੜੀ ਜਗ੍ਹਾ ਵਰਤਿਆ ਗਿਆ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹ, ਕੋ ਹਰ ਸਮਾਨ ਨਹੀਂ ਰਾਜਾ। ਰਾਜੇ ਬੜੇ ਨੇ, ਜਦੋਂ ਦਾ ਸੰਸਾਰ ਬਣਿਆ ਫਰਸ਼ ਦੇ ਰਾਜੇ ਵੀ ਹਨ ਤੇ ਅਰਸ਼ ਦੇ ਰਾਜੇ ਵੀ ਹਨ। ਕੁਝ ਰਾਜੇ ਇਸ ਧਰਤੀ ਤੇ ਹੋਏ ਨੇ ਤੇ ਕੁਝ ਰਾਜਿਆਂ ਬਾਰੇ ਕਿਹਾ ਜਾਂਦਾ ਹੈ ਵੀ ਫਰਸ਼ ਦੀ ਬਜਾਏ ਅਰਸ਼ ਤੇ ਵੀ ਹੋਏ ਨੇ। ਭਾਵੇਂ ਅਰਸ਼ ਦੇ ਰਾਜੇ ਹੋਣ ਤੇ ਭਾਵੇਂ ਫਰਸ਼ ਦੇ ਰਾਜੇ ਹੋਣ, ਪਰ ਕਬੀਰ ਸਾਹਿਬ ਜੀ ਆਖਦੇ ਨੇ ਵਾਹਿਗੁਰੂ ਜੀ ਤੇਰੇ ਵਰਗਾ ਰਾਜਾ ਕੋਈ ਨਹੀਂ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਰਾਜਾਨ ਰਾਜ ਪਾਨਾਨ ਪਾਨ, ਵਾਹਿਗੁਰੂ ਪਰਮਾਤਮਾ ਪਾਤਸ਼ਾਹ ਹੈ, ਸੱਚਾ ਸੁੱਖ ਵਾਹਿਗੁਰੂ ਦੇ ਦਰਸ਼ਨਾਂ ਨਾਲ ਪ੍ਰਾਪਤ ਹੋਣਾ। ਬੜੀ ਮੰਗ ਕੀਤੀ ਉਦਾਹਰਣਾਂ ਦੇ ਕੇ ਸਾਨੂੰ ਲੋਕਾਂ ਨੂੰ ਸਮਝਾਇਆ ਕਿ ਵਾਹਿਗੁਰੂ ਪਰਮਾਤਮਾ ਦੇ ਦਰਸ਼ਨਾਂ ਦੀ ਚਾਹ ਅੰਦਰ ਕਿੰਨੀ ਕੁ ਹੋਣੀ ਚਾਹੀਦੀ ਹੈ। ਕਦੀ ਮਹਾਰਾਜ ਆਖਦੇ ਨੇ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ,
कर कासा दर्शन की भूख मैं दर मांगू नीता नीत तो दर्शन की करूं समाए मैं दर मांगत भिख्या पाए। कदी आखदे ने दर्शन प्यासी दिन सरात चितवो अन दिन नीत खोल कपट गुर मेलिया नानक हर संग मीत। मेरे शाह मैं हर दर्शन सुख होए मैनू मैं तो भाव मैनू तेरे दर्शन द्वारा ही सच्चा आनंद सच्चा सुख प्राप्त होता है। तो सतगुरां ने बारी विच ये भी कहा है थापिया ना जाए कीता ना होए आपे आप निरंजन सोए रूप न रेख न रंग किश त्रयो गुण ते प्रभ भिन्न। किस दर्शन किस रूप विच करिए क्योंकि रोज आप नितनेम दी बारी अंदर पढ़ते हैं चक्कर चिहन अर वर्ण कोई नहीं उसका फिर दर्शन किवें करिए। साड़ी वाली समस्या नारद मुनि नूं भी है पुछदा रब नूं रब्बा पहला ये दस तू रहिंदा किथे है ते दूजा ये दस तेरे दर्शन करने होन ते किस रूप विच होणगे। भाई गुरदास जी एक पंक्ति दे अंदर ये गल समझांदे ने निज कर मेरो साध संगत नारद मुन दर्शन साध संगत मेरो निज रूप है विच संगत हर प्रभ वसै जियो। मेरे दर्शन साध संगत दे दर्शन मेरा घर जिथे साध संगत आती है साध संगत रोला रप्पा नहीं इकट्ठ नहीं। बाबा नानक जी ने कृपा की सत संगत कैसी जानी है जिथे एको नाम वखानी है विच संगत हर प्रभ वसे जियो निज घर मेरो साध संगत नारद मुन दर्शन साध संगत मेरो निज रूप है। मेरे शाह मैं हर दर्शन सुख होए हे मेरे पाशा तेरे दर्शन करके ही मैनू सच्चा सुख प्राप्त होंदा है सच्चा आनंद प्राप्त होंदा है। हमारी बेदन तू जानता साहा अवर क्या जाने कोए पर मेरी पीड़ा मेरा दर्द केवल मेरे पातशाह वाहिगुरु जी तू ही जानता है होर किसे नूं इस दी सोझी नहीं होर इस बारे कोई नहीं जानता जेड़ी पीड़ा मैनू है। गुरु नानक पातशाह जी दुनियावी तौर ते सौना घट कर दिता खाना घट कर दिता माँ प्यो नूं फिकर लग गया कुदरती गल है बच्चा खावे ना बच्चा ढंग नाल समे ना ते माँ प्यो नूं फिकर लगदा ही। वैद नूं बुला लिया बाणी दे बचन आपां पढ़दे हां
वैद नू महाराज ने यह नहीं कहा भी तू कमला है, तैनू वैदगी नहीं आती। नहीं, सतगुरां ने आख्या वैदां विच्चों तू वैद बड़ा सियाना है, पर ऐ वैद जेड़ी पीड़ा मैनू है, जेड़ा दर्द मैनू है, उस दर्द की दवाई मैनू दे। मेरी नबज जिहड़ी ना उहनू पहचान, मेरी जिहड़ी अंदर पीड़ा है, मैनू दुख है, उहनू पहचान। वैद बुलाया वैदगी, पकड़ टंडोले बाह, बाह फड़ ली, नाड़ी फड़ के वेखन लग पिया भी बीमारी केड़ी है। महाराज आखदे ने वैद बुलाया वैदगी, पकड़ टंडोले बाह, भोला वैद ना जाने, करक कलेजे माह। पीड़ा तो अंदर है। महाराज ने गौड़ी राग दे अंदर एक बचन वरत्या है, जिन्ना दे अंदर जड़ा वाला फोड़ा है, अंदर दा फोड़ा, इनू प्रोफेसर साहब सिंह जी ने गदहो ताना भी किया है। गदहो ताना भाव अंदर दा फोड़ा, इनू जड़ा वाला फोड़ा भी कहते हैं। जिन्ना दे अंदर है दर्द उन्हां नू पता है, बाकी तो कहेंगे रब रब कर, कोई नहीं आराम आ जाएगा। पर जिन्हों दर्द हो रहा पता तो उन्हें है ना। पातशाह जी कृपा करते ने जिन्ना अंदर उमर थल, उमर थल गदहो ताना अंदर दा फोड़ा, सही जानन सूलियां, उन्होंने पता है भी सूलां किन्नियां चुभ रही ने, किन्ना दुख हो रहा है। दूजे नू की पता है? भगत रविदास जी ने भी यह गल कही ना, सह की सार सुहागन जाने, तज अवमान सुख रलियां माने, तन मन दे न अंतर राखै, अवरा देख न सुने अपाखै, सो कत जाने पीर पराई, जाके अंतर दर्द न पाई। वैदा संदा वैद तो पहला रोग पछाण, ऐसा दारू लोड़ लहो, जित वन्या रोगा कान। रब जी जिहड़ी पीड़ मैनू है हुण, सात संगत ये पीड़ ये दर्द दूजा नहीं जानता। भगत जी ने बड़ा सुंदर कथन किया है, जिन्होंने कुछ जानिया ही नहीं, जिन्होंने रब की सार नहीं, वो विछोड़े की पीड़ा नू की समझ सकते। जिन्होंने ये सार आ गई, पीड़ा उन्होंने महसूस हुई। भगत जी आखते ने कबीर जिन्हों किश जानिया नहीं, तीन सुख नींद विहाए, हमो जो बूझा बूझना पूरी परी बलाए। मैनू समझ आ गई, मैं समझ रहा, ते मैं बला अपने गल विच पा रही। बिरो भयंगम मन मसै, मंत न मा जाने कोई, राम वियोगी ना जीए, जीए तबौरा होए। रब दे विछोड़े वाला बंदा पहली गल तो जींदा ही कोई नहीं, जे जींदा है ते लोग उन्हूं पागल आखदे ने, लोग उन्हूं झल्ला कहिंदे ने, क्योंकि उसकी रमज नूं कौन समझे। भगत सतगुरु गुरु रामदास पातशाह जी आखदे ने, रब्बा जेड़ी पीड़ा मैनू है, जेड़ा दर्द मैनू है, मेरा ये दर्द होर कोई नहीं जानता, भाव मैं किसे कोल अपना दर्द क्यों रखा, दर्द उस कोल रखा
ਜਿਹੜਾ ਮੇਰੇ ਦਰਦ ਨੂੰ ਜਾਣਦਾ ਹੈ, ਜਿਹੜਾ ਮੇਰੀ ਪੀੜਾ ਨੂੰ ਜਾਣਦਾ ਹੈ। ਮਹਾਰਾਜ ਆਖਦੇ ਨੇ ਰੱਬਾ ਤੇਰੇ ਤੋਂ ਬਗੈਰ ਇਸ ਪੀੜਾ ਨੂੰ ਹੋਰ ਕੋਈ ਨਹੀਂ ਜਾਣਦਾ, ਮੇਰੀ ਮੁਸੀਬਤ ਨੂੰ, ਮੇਰੀ ਬੇਦਨ ਨੂੰ, ਮੇਰੀ ਪੀੜਾ ਨੂੰ ਹੋਰ ਕੋਈ ਨਹੀਂ ਜਾਣਦਾ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਮੇਰੇ ਪਾਤਸ਼ਾਹ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਅਟਲ ਹੈ, ਤੇ ਜੋ ਕੁਝ ਤੂੰ ਕਰਦਾ ਉਹ ਵੀ ਸੱਚ ਹੈ, ਤੇਰਾ ਕੀਤਾ ਵੀ ਸਭ ਕੁਝ ਸੱਚਾ ਹੈ। ਵੇਖੋ ਦੁਨੀਆਂ ਦੇ ਬੰਦੇ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਨੇ ਵੀ ਮੈਂ ਤਾਂ ਸੱਚ ਤੋਂ ਬਗੈਰ ਕੁਝ ਬੋਲਦਾ ਹੀ ਨਹੀਂ, ਤੇ ਲੋਕ ਫਿਰ ਵੀ ਉਹਨਾਂ ਦੇ ਕੀਤੇ ਕੰਮ ਤੇ ਸ਼ੱਕ ਕਰਦੇ ਨੇ। ਕਿਉਂ? ਕਿਉਂਕਿ ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਬਾਹਰ ਢੰਡੋਰਾ ਸੱਚ ਦਾ ਹੈ ਪਰ ਅੰਦਰ ਸੱਚ ਨਹੀਂ। ਕੇਵਲ ਰੱਬ, ਰੱਬ ਦੇ ਬੰਦੇ ਅੰਦਰੋਂ ਬਾਹਰੋਂ ਇੱਕ ਹੋਣਗੇ, ਰੱਬ ਤੇ ਰੱਬ ਦੇ ਬੰਦੇ, ਰੱਬ ਨੂੰ ਜਾਣਨ ਵਾਲੇ ਇੱਕ ਹੋਣਗੇ, ਅੰਦਰੋਂ ਵੀ ਤੇ ਬਾਹਰੋਂ ਵੀ। ਜੇ ਉਹ ਅੰਦਰੋਂ ਨਿਰਮਲ ਨੇ ਤੇ ਬਾਹਰੋਂ ਵੀ ਨਿਰਮਲ ਨੇ। ਤੇ ਰੋਜ਼ ਆਪਾਂ ਇਹ ਬਚਨ ਪੜ੍ਹਦੇ ਹਾਂ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਸ ਸਮਾਣੀ। ਜਿਨ੍ਹਾਂ ਦੇ ਅੰਦਰ ਸੱਚ ਹੈ ਉਹ ਬਾਹਰੋਂ ਵੀ ਸੱਚੇ ਨੇ। ਤੇ ਪਿਆਰਿਓ, ਜਿਹੜੇ ਕੇਵਲ ਸੱਚ ਜ਼ਬਾਨ ਰਾਹੀਂ ਕਹਿ ਰਹੇ ਨੇ ਅਸੀਂ ਸੱਚੇ ਹਾਂ, ਕੇਵਲ ਬਾਹਰੀ ਤੌਰ ਤੇ ਸੱਚੇ ਬਣ ਰਹੇ ਨੇ, ਅੰਦਰੋਂ ਸੱਚੇ ਨਹੀਂ। ਹਾਂ, ਰੱਬ, ਰੱਬ ਦੇ ਪਿਆਰੇ, ਰੱਬ ਦੇ ਬੰਦੇ ਬਾਹਰੋਂ ਵੀ ਸੱਚੇ ਨੇ ਤੇ ਅੰਦਰੋਂ ਵੀ ਸੱਚੇ ਨੇ। ਕਿਉਂ? ਕਿਉਂਕਿ ਰੱਬ ਆਪ ਸਦਾ ਕਾਇਮ ਰਹਿਣ ਵਾਲਾ ਹੈ, ਅਟਲ ਹੈ, ਤੇ ਉਸਦਾ ਕੀਤਾ ਕੰਮ ਵੀ ਜਿਹੜਾ ਹੈ ਨਾ, ਹਰ ਕੋਈ ਜਿਹੜਾ ਵੀ ਉਹ ਕੰਮ ਕਰਦਾ ਹੈ ਸੱਚਾ ਹੀ ਕਰਦਾ ਹੈ। ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀ ਕੋਏ। ਆ ਗੱਲ ਥੋੜੀ ਜਿਹੀ ਸਮਝਣੀ ਔਖੀ ਲੱਗਦੀ ਹੈ ਵੀ ਝੂਠਾ ਕਿਹਨੂੰ ਆਖੀਏ। ਅਸੀਂ ਤਾਂ ਹਰ ਬੰਦੇ ਨੂੰ ਕਹੀ ਜਾ ਰਹੇ ਹਾਂ ਜਾ ਝੂਠਿਆ, ਬੇਸ਼ੱਕ ਸੱਚਾ ਵੀ ਹੋਵੇ ਪਰ ਅਸੀਂ ਕਹੀ ਜਾ ਰਹੇ ਹਾਂ ਝੂਠਾ ਹੈ। ਕਿਉਂ? ਸਾਡੀ ਅਜੇ ਉਹ ਦ੍ਰਿਸ਼ਟੀ ਨਹੀਂ ਬਣੀ, ਸਾਡੀ ਉਹ ਸੋਚ ਨਹੀਂ ਬਣੀ ਕਿ ਅਸੀਂ ਕਹਿ ਸਕੀਏ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਰੇ ਕੋ ਮੰਦੇ। ਲੋਗਾ ਭਰਮ ਨਾ ਭੋਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ। ਫਰੀਦਾ, ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ, ਜਹਾਂ ਦੂਜਾ ਕੋਈ ਨਾ ਹੈ। ਰੱਬ ਤੋਂ ਬਗੈਰ ਤਾਂ ਹੋਰ ਕੋਈ ਹੈ ਹੀ ਨਹੀਂ, ਕਿਹਨੂੰ ਆਖੀਏ ਇਹ ਮੰਦਾ ਹੈ, ਇਹ ਝੂਠਾ ਹੈ। ਨਹੀਂ, ਮਹਾਰਾਜ ਆਖਦੇ ਨੇ ਸਾਰਿਆਂ ਵਿੱਚ ਤੂੰ ਆਪ ਵਰਤਦਾ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਸਭੇ ਘਟ ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨਾ ਨਹੀਂ ਕੋਈ। ਸਾਰਿਆਂ ਵਿੱਚ ਗੋਬਿੰਦ ਹੈ, ਸਾਰਿਆਂ ਵਿੱਚ ਰਾਮ ਹੈ। ਤੇ ਮਹਾਰਾਜ ਆਖਦੇ ਨੇ ਸਾਰਿਆਂ ਵਿੱਚ ਤੂੰ ਵਰਤ ਰਿਹਾ ਰੱਬ ਜੀ, ਫਿਰ ਝੂਠਾ ਕਿਸ ਨੂੰ ਆਖੀਏ। ਫਿਰ
झूठा किनू कहिए? महाराज कृपा कर देने, झूठा किसको आखिए शाह, दूजा नहीं कोई, तेरे तो बगैर दूजा कोई होर है ही नहीं, सारिया विच तू आप है, सारिया विच तेरी जोत है। हुण साध संगत जी, ये दृष्टि बाबा नानक ने बनाई ते सतगुरां ने ये बचन कह, हम नहीं चंगे बुरा नहीं कोई, प्रणवत नानक तारै सोए। महाराज आखदे ने हर बंदा अपने आप नूं चंगा कह रहा है। कबीर, सब ते हम बुरे, हम तज भलो सब कोए, जिन ऐसा कर बूझिया मीत हमारा सोए। मेरे वास्ते बंदा माड़ा कोई नहीं, सारे चंगे ने। ते कबीर साहब जी कहते हैं, जिंदी ये बिरती बन गई, सुभा बन गया, वो मेरा मित्र है, वो मेरा दोस्त है। कबीर, सब ते हम बुरे, हम तज भलो सब कोए, जिन ऐसा कर बूझिया मीत हमारा सोए। एक गल समझ लीए, जिस दिन साडे अंदरों ये बिरती निकल जाएगी, अपनी आप नू चंगा समझन वारी, दूजिया नू माड़ा समझन वारी, उस दिन सत्संगत ध्यान देवियो, बिरती चाहीदी है, असी माड़े हां सारा जग चंगा है। एक गल तो आप आम कहिंदे हां ना, भी एक उंगल दूजे वल करांगे तो चार उंगल अपने वल आणगियां, चारां दा ध्यान क्यों नहीं रखदा, केवल एक क्यों? दूजे वल करन दी बजाए चार उंगलां अपने वल कर, त्याख हम नहीं चंगे बुरा नहीं कोई, असी चंगे नहीं ते बुरा कोई नहीं। हौरी हौरी ये बिरती बन गई ना। मैनू एक डॉक्टर दे नाल बैठन दा सुभाग प्राप्त होया, मित्र ने मेरे, वो अपने बच्चे नू कहन लगे, पुत्रा किसे दे बारे माड़ा नहीं चितवना चाहिदा, सोचना नहीं चाहिदा। ते कहन लगा, पापा जेड़ा साडे बारे माड़ा सोचदा है उस बारे असी चंगा किवें सोच सकदे हां? वेखो अज दा जिहड़ा माहौल चल रहा है ना, इहदे विच सानू थोड़ा जिहा ध्यान रखना चाहिदा। इहो जी बिरती बनाईए। अज साइंस भी इस गल नूं मन्नन लग पई कि जेड़ा तुहाडे बारे माड़ा सोचदा है, तुसीं उस बारे चंगा सोचना शुरू कर दिओ, उस बंदे नूं तुहाडे बारे चंगा सोचण दी लई मजबूर होना पएगा, तुहाडे बारे चंगा सोचेगा। पर इह धीरज कित्थों आवे? असीं तां कहिंदे इक कह के जाएगा कित्थे, दो कहांगे, पर नहीं। महाराज आख दिन, तू जिहड़े तैनूं मारदे ने मुकियां, उहनां नूं उस दे बदले विच मार ना, बल्कि अपने ग्रह जाइए पैर तिन्हां दे चुम वाली अवस्था बना। मंदा किस नूं आखिए, झूठा किसको आखिए शाह, दूजा ना ही कोई, तेरे तो बगैर दूजा होर कोई नहीं, झूठा किनू कहिए? लोड़ है जेड़ा साडे बारे माड़ा सोचदा है, उस बारे आपा माड़ा ना सोचिए, चंगा ही सोचिए, ते फिर की होवेगा, उहनू मजबूर होना पवेगा साडे बारे भी चंगा सोचण दे लई, विचार उसदे बदलणगे। सतगुरु कृपा करदे ने, रब जी किनू झूठा कीए? सारिया विच तां तू आप वरत रहा है, सबना विच तू वरतदा साहा, सब तुझै त्यावह दिन रात। सारिया विच तू आप है ते दिन रात सारे तेरे पैदा किते हुए जीव
ਤੈਨੂੰ ਧਿਆਉਂਦੇ ਨੇ, ਤੈਨੂੰ ਧਿਆ ਰਹੇ ਨੇ, ਤੇਰਾ ਧਿਆਨ ਧਰ ਰਹੇ ਹਨ। ਸਭ ਤੁਝ ਹੀ ਥਾਵ ਉਹ ਮੰਗਦੇ ਮੇਰੇ ਸਾਹਾ, ਤੂੰ ਸਭ ਨਾ ਕਰੈ ਇੱਕ ਦਾਤ। ਸਾਰੇ ਜੀਵ ਤੇਰੇ ਕੋਲੋਂ ਮੰਗ ਰਹੇ ਨੇ ਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਮੇਰੇ ਪਾਤਸ਼ਾਹ ਤੂੰ ਕੇਵਲ ਇੱਕ ਹੈ। ਵਾਹਿਗੁਰੂ ਇੱਕ ਹੈ, ਮੰਗਣ ਵਾਲੇ ਮੰਗਤੇ ਜਿੰਨੇ ਵੀ ਜੀਵ ਉਹਨਾਂ ਨੇ ਪੈਦਾ ਕੀਤੇ ਨੇ ਸਾਰੇ ਉਸ ਦੇ ਦਰ ਤੋਂ ਮੰਗ ਰਹੇ ਨੇ। ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇੱਕ ਪੰਕਤੀ ਦੇ ਅੰਦਰ ਬੜਾ ਸੁੰਦਰ ਫੈਸਲਾ ਦਿੱਤਾ ਹੈ। ਸਭ ਤੁਝ ਤੇ ਤੇਰੇ ਥਾਵ ਮੰਗਦੇ, ਮਹਾਰਾਜ ਆਖਦੇ ਨੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਾ ਜਗਤ ਭਿਖਾਰੀ ਹੈ, ਕੇਵਲ ਦਾਤਾ ਤੂੰ ਵਾਹਿਗੁਰੂ ਪਰਮਾਤਮਾ ਸਾਰਿਆਂ ਵਿੱਚ ਰਮੇ ਹੋਏ ਰਾਮ ਤੂੰ ਹੈ, ਸਾਰੇ ਤੇਰੇ ਕੋਲੋਂ ਮੰਗਦੇ ਨੇ। ਕਿਉਂਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਮਹਾਰਾਜ ਦੇ ਬਚਨ ਨੇ ਨਾ, ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕਉ ਤੂੰ ਕਦ ਕਾ, ਬ੍ਰਹਮਾ ਵਿਸ਼ਨ ਸਿਰੇ ਤੈਂ ਅਗੰਤ, ਤਿੰਨ ਕੋ ਮੋਹ ਭਇਆ ਮਨ ਮਦ ਕਾ, 84 ਲੱਖ ਜੋਨ ਉਪਾਈ ਰਿਜਗ ਦੀਆ ਸਭ ਹੂੰ ਕੋ ਤਦ ਕਾ। ਕੇਵਲ ਬੰਦਿਆਂ ਨੂੰ ਨਹੀਂ, 84 ਲੱਖ ਜੋਨਾਂ ਦੇ ਜੀਵ ਜਿਹੜੇ ਨੇ ਜਿੱਥੇ ਜਿੱਥੇ ਵੀ ਨੇ, ਜੋ ਜੋ ਉਹਨਾਂ ਦਾ ਖਾਣਾ ਹੈ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਦੇ ਰਿਹਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿੰਨਾ ਪਿਰੋਜੀ ਦੇ, ਉੱਥੇ ਹੱਟ ਨ ਚੱਲਈ ਨਾ ਕੋ ਕਿਰਸ ਕਰੇ, ਜੀਆਂ ਕਾ ਹਾਰ ਜੀ ਖਾਣਾ ਇਉ ਕਰੇ, ਵਿੱਚ ਉਪਾਏ ਸਾਇਰਾਂ ਸ਼ਾਇਰਾਂ ਤਿੰਨਾ ਪਿਰੋਜੀ ਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸਮੁੰਦਰ ਵਿੱਚ ਵੀ ਜੀ ਪੈਦਾ ਕਰਕੇ ਸਾਰਿਆਂ ਨੂੰ ਦੇ ਰਿਹਾ, ਹਰ ਥਾਂ ਤੇ ਦੇ ਰਿਹਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤੇ ਨਾਹੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਜੀ ਸਾਰਾ ਜਗਤ ਸਾਰੇ ਜੀਵ ਤੇਰੇ ਪਾਸੋਂ ਮੰਗ ਰਹੇ ਨੇ ਤੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੈ। ਇੱਕ ਗੱਲ ਸਮਝ ਲਈਏ, ਮਾਨੁਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੇ ਆਏ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ। ਸਭ ਸਾਰੇ ਜੀਵ ਤੁਝ ਹੀ ਵਿੱਚ ਹੈ, ਤੇਰੇ ਹੁਕਮ ਵਿੱਚ ਹਨ, ਤੇਰੇ ਹੁਕਮ ਤੋਂ ਆਕੀ ਕੋਈ ਨਹੀਂ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰੇ ਜੀਵ ਵਾਹਿਗੁਰੂ ਜੀ ਤੇਰੇ ਹੁਕਮ ਵਿੱਚ ਹਨ, ਤੇਰੇ ਹੁਕਮ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇਰੇ ਹੁਕਮ ਨੂੰ ਕੋਈ ਫੇਰ ਨਹੀਂ ਸਕਦਾ, ਤੇਰੇ ਹੁਕਮ ਨੂੰ ਹਟਾ ਨਹੀਂ ਸਕਦਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੇ ਨਾਨਕਾ ਸਾਈ, ਗੱਲ ਚੰਗੀ। ਇਸੇ ਵਾਸਤੇ ਆਖਿਆ ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਜੀਵ ਤੇਰੇ ਹੁਕਮ ਵਿੱਚ ਹਨ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ। ਸਭ ਜੀਵ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਸਾਰੇ ਜੀਵ ਤੇਰੇ ਬਣਾਏ ਹੋਏ ਨੇ, ਸਾਰੇ ਜੀਵ ਸੰਸਾਰ ਦੇ ਅੰਦਰ ਖੇਡ ਖੇਡਦੇ ਨੇ ਤੇ ਫਿਰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੈ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਮਿਲਾਏਂਗੇ।
जैसे एक तोर ते अनेक तोर पूरत हैं, तोर के कनुका सभ्य तोर ही कहाएंगे, जैसे एक नद ते तरंग कोड उपजत हैं, पान के तरंग सभ्य पान ही कहाएंगे, तैसे विश्व रूप ते अभूत भूत प्रगट हुए, ताही ते उपज सब ताही में समाएंगे। की सूक्ष्म की स्थूल सारे जीव तेरे विचो पैदा हुए ने, जिवें पारी विचो लहरां उठ दिया ने, पारी विच समा जांदियां ने, तोर विचो अनेकां तोर दे कणके उड़दे ने, फिर तोर विच मिल जांदे ने, अग विचो अनेकां चिंगाड़े निकलदे ने, फिर अग विच आके मिल जांदे ने। इसे तरह रब्बा ये तेरी संसार दी रचना है। की सूखम की अस्थूल सारे जीव तेरे तो ही बंदे ने, तेरे विच ही लीन हो जांदे हन। सबना की तू आस है मेरे प्यारे, सब तुझ है ते आवे है मेरे साह। हे मेरे पाशा, सारे जीवां दियां तू आसां पूरियां करन वाला है, ते सारे जीव आसां पूरियां कराउण दे लई तेरा ही ध्यान धर रहे ने, क्योंकि सारियां दियां आसां तू पूरियां करन वाला है, सारे जीव तेरा ही ध्यान धर रहे हन। ज्यों भावे त्यों रख तू मेरे प्यारे, सच नानक के पात साह। गुरु रामदास पातशाह जी कृपा करदे ने, हे मेरे नानक दे पातशाह, मेरी तेरे चरणा विच अरदास है, जे सारा तुझ तो ही करन वाला है, जे सब कुछ तू आप ही कराउन वाला है, ते फिर कृपा कर जिमें तेनू चंगा लगदा है उस तरह मेनू जीवन दे अंदर रख। पर मेरी इको अरदास है, रखी अपने चरणा दे विच, अपने नाल जोड़ के अरदास करन दा ढंग समुचे शब्द दे अंदर समझाया है। इयों समझ लो जदों दाता प्राप्त करके दाता दे विच्चों दाते नू वेखांगे ना, दाता दे विच्चों दाते नू, ते फिर साध संगत ददार दे दर्शन भी होणगे, ते जदों ददार दे दर्शन होणगे ते फिर अंदरों हमेशा शुकराने दी अरदास निकलेगी, भी मैं नहीं कुछ कर सकदा, मैं तां केवल ते केवल तेरी कृपा दा पात्र बनना, जिमें होवे मैनू अपने चरणा दे अंदर रख। आओ लड़ीवार शब्द दी विचार सरवण करिए जी। तिलंग महला पंजवा घर तीजा। तिलंग राग है, गुरु अर्जन देव जी महाराज दा उचारण किया हुआ ये शब्द है, गायन करन वालियां नूं हदायत कीती है, तीजे घर दे अंदर ताल दे अंदर इस नूं गाना है। करते कुदरती मुस्ताक। करते ये वाहिगुरु दा सिफाती नाम है, जिन्हों आपा कहने करता, इत्थे करते क्या है, कुदरत मुस्ताक। हुण मुस्ताक जिहड़ा अखर है ये दीदार वास्ते वरत्या, दर्शन वास्ते वरत्या मुस्ताक। हे करतार हे करता पुरख, तेरी कुदरत दे राही ही मैं तेरे दर्शन करदा हा, बलिहारी कुदरत वस्या तेरा अंत न जाई लखया। वेखो कुदरत शक्ति वास्ते वरत्या गया बाणी विच, ते कुदरत आ जिहड़ी वाहिगुरु परमात्मा ने सारी कायनात बनाई दुनिया बनाई इस वास्ते वरत्या गया। हुण महाराज कृपा करदे ने, हे करते हे करता पुरख हे करतार, तेरी कुदरत दे राही ही मैं तेरे दर्शन करदा हा। दीन दुनिया एक तू ही, सब खलक ही ते पाक। वाहिगुरु जी मेरे वास्ते दीन भी तू है ते दुनिया भी तू है,
भाव मेरी दुनिया भी तू है, मेरा दीन भी तू है। हे वाहिगुरु जी, तू सारिया नालों पाक, पाक पवित्र वास्ते वरत्या जांदा है। इथे भाव है निर्लेप, पाक दा भाव निर्लेप। सारिया विच तू है पर सारिया विच हुंदा भी तू सारिया तो निर्लेप है। बहुप मद जो बास बस्त है, मुकर माहे जैसे शाई, तैसे ही हर बसे निरंतर, घट ही खोजो पाई। वाहिगुरु जी, मेरा दीन भी तू है, मेरी दुनिया भी तू है। वेखो जिहड़े दीन नाल जुड़े दुनिया नूं छड गए, उन्हां नूं भी बाणी ने चंगा नहीं किया। ते जिहड़े दुनिया विच ही लग गए, दीन नूं भुल गए, उन्हां नूं भी चंगा नहीं किया। उन्हां बारे तां कह दिता, कबीर दीन गवाया दुनी स्यो, दुनी ना चाली साथ। ते जिहड़े दुनिया नाल जुड़े उन्हां बारे कह दिता, दुनिया ना सलाहे जो मरवंज सी। हुण ध्यान देवियो, महाराज आखदे ने मेरा दीन भी तू है, मेरी दुनिया भी तू है। ते बाबे नानक ने एक गल विलखण दुनिया दे अंदर तोरी, सारे धर्म अपनी अपनी जगह ते चंगे ने, पर सबना दी एक आवाज है, जे रब नाल जुड़ना है ते संसार नाल टुटना पएगा, संसार नू छड़ना पएगा। पर बाबे नानक ने आख्या, नहीं, संसार नू छड़न दी लोड़ नहीं, संसार विच रहिंदियां करतार नाल जुड़ने ते हर दात दे विचों दाते दे दर्शन करने। दुनिया नू छड़ना नहीं। साड़ी बाणी भी सानू ये प्रेरणा कर दी, पहला शब्द एक ते अखीरला पसारो। ते प्रिंसीपल सतबीर सिंह ने बड़ी सुंदर गल कही, वो कहिंदे ने बंदे दे कई जीवन लग जान, कई जीवन, बाणी नू समझना बड़ा औखा है, पर एक गल समझ लईए, पहला अखर एक ते अखीरला पसारो, क्योंकि बाद विच धनवाद दा श्लोक है, फिर राग माला है। पसारो, एक नाल जुड़ना है, पसारे नू छड़ना नहीं, पसारे नाल भी जुड़े रहना, ते पसारे नाल जुड़ना ते एक नाल भी जुड़े रहना। बाबे ने आखिया, दीन दुनिया कोई वखरी वखरी चीज नहीं, इन्हां नूं समझ, दुनिया दे विच रहिंदिया दीन कमा ते वाहिगुरु की कृपा का पात्र बन। महाराज आखदे ने, मेरी दुनिया भी तू है, मेरा दीन भी तू है, तू सारिया विच है पर सारिया तो निर्लेप है। रहाओ खिन माहे थाप उथाप दा, अचरज तेरे रूप। एक खिन विच तू बनाना है, एक खिन विच ढाना है। ते ये काम कर दिया पुछदा भी किसे नू नहीं, क्योंकि पुछ ना साजे पुछ ना ढाए। खिन विच बना देना है, खिन विच ढा देना है। ते तेरे जिहड़े रूप ने ना, ये हैरानी पैदा करने वाले। अचरज तेरे रूप, तेरे रूप हैरानी पैदा करने वाले हन। कौन जाने चलत तेरे अंधियारे मह दीप। वाहिगुरु जी, तेरे कौतक कौन जान सकता है। वाहिगुरु परमात्मा दे कौतक कौन जान सकता है। ते महाराज आखदे ने, तेरा नाम ही अंधियारे विच रोशनी करन वाला है। अंधियारे में दीप तो भाव, तेरा नाम ही अंधेरे विच रोशनी करन वाला है। खुद खसम खालक जहान अल है, मेहरवान खुदाए। हे अल्लाह, हे मेहरवान, हे खुदाए, खुद खलक खलक जहान, सारी खलकत दे अंदर, जहाना दे अंदर मेहरवान अल्लाह खुदा तू आप ही है। दिन सुरैण जे तुद आराधे, सो क्यों दोजक जाए। है तू सारियां दे विच, पर जिहड़े दिन रात तैनू आराधदे ने,
ਉਹ ਦੋਜਕ ਵਿੱਚ ਕਿਉਂ ਜਾਣਗੇ, ਨਰਕਾਂ ਵਿੱਚ ਕਿਉਂ ਜਾਣਗੇ? ਕਿਉਂਕਿ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਇਸੇ ਵਾਸਤੇ ਹਦਾਇਤ ਕੀਤੀ, ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਜਿਹੜੇ ਤੈਨੂੰ ਦਿਨ ਰਾਤ ਆਰਾਧਦੇ ਹਨ, ਉਹ ਬੰਦੇ ਨਰਕਾਂ ਵਿੱਚ ਕਿਉਂ ਜਾਣਗੇ? ਭਾਵ ਉਹਨਾਂ ਨੂੰ ਨਹੀਂ ਜਾਣਾ ਪਵੇਗਾ। ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ। ਵਾਹਿਗੁਰੂ ਜੀ, ਜਿਨ੍ਹਾਂ ਬੰਦਿਆਂ ਨੂੰ ਤੇਰਾ ਆਸਰਾ ਹੈ, ਉਹਨਾਂ ਬੰਦਿਆਂ ਦਾ ਅਜਰਾਇਲ, ਮੌਤ ਦਾ ਫਰਿਸ਼ਤਾ, ਯਾਰ ਦੋਸਤ ਬਣ ਜਾਂਦਾ ਹੈ। ਉਹਨਾਂ ਬੰਦਿਆਂ ਦਾ ਮੌਤ ਦਾ ਫਰਿਸ਼ਤਾ ਵੀ ਮਿੱਤਰ ਬਣ ਜਾਂਦਾ ਹੈ। ਪਰ ਕਿਹੜੇ ਬੰਦਿਆਂ ਦਾ? ਜਿਨ੍ਹਾਂ ਨੂੰ ਕੇਵਲ ਤੇਰਾ ਆਧਾਰ ਹੈ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਿਉਂਕਿ ਮਹਾਰਾਜ ਆਖਦੇ ਨੇ, ਚਰਨ ਕਮਲ ਆਧਾਰ ਜਨ ਕਾ, ਰਾਸ ਪੂੰਜੀ ਏਕ, ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ, ਜਿਹੜੇ ਬੰਦੇ ਤੇਰੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਨੇ, ਮੌਤ ਦਾ ਫਰਿਸ਼ਤਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ, ਉਹਨਾਂ ਦਾ ਯਾਰ ਬਣ ਜਾਂਦਾ ਹੈ। ਭਾਵ ਉਹ ਮੌਤ ਤੋਂ ਘਬਰਾਉਂਦੇ ਨਹੀਂ, ਮੌਤ ਤੋਂ ਡਰਦੇ ਨਹੀਂ। ਗੁਣ ਹੈ ਉਸਕੇ ਸਗਲ ਆਫੂ, ਤੇਰੇ ਜਨ ਦੇਖੈ ਦੀਦਾਰ। ਜਿਹੜੇ ਤੇਰੇ ਸੇਵਕ ਤੇਰੇ ਦੀਦਾਰ ਕਰਦੇ ਨੇ, ਤੇਰੇ ਪਿਆਰਿਆਂ ਦਾ ਦੀਦਾਰ ਕਰਦੇ ਨੇ, ਗੁਣਾ ਗੁਣਾ ਤੋਂ ਭਾਵ ਗੁਣਾ, ਉਹਨਾਂ ਦੇ ਸਾਰੇ ਪਾਪ ਗੁਣਾ ਔਗਣ ਆਫੂ ਪਾਪ ਬਖਸ਼ੇ ਜਾਂਦੇ ਨੇ। ਜਿਹੜੇ ਗੁਰਮੁਖਾਂ ਦਾ ਸੰਗ ਕਰਦੇ ਨੇ, ਵਾਹਿਗੁਰੂ ਗੁਰਮੁਖਾਂ ਦੇ ਰਾਹੀਂ ਤੇਰੇ ਦਰਸ਼ਨ ਕਰਦੇ ਨੇ, ਉਹਨਾਂ ਦੇ ਸਾਰੇ ਗੁਨਾਹ, ਗੁਨਾਹ ਤੋਂ ਭਾਵ ਗੁਨਾਹ, ਸਾਰੇ ਪਾਪ ਬਖਸ਼ੇ ਜਾਂਦੇ ਹਨ, ਉਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਜਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਕਿਉਂਕਿ ਗਨਕਾ ਪਾਪਨ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ, ਗਨਕਾ ਵਾੜੇ ਆਏ ਖਲੋਤਾ। ਪਾਪਨ ਕਿਉਂਕਿ ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ ਵਾਲੀ ਗੱਲ ਵੀ ਆਪਾਂ ਪੜ੍ਹਦੇ, ਪਰ ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਤੇਰੇ ਦਰਸ਼ਨ ਕਰਦੇ ਹਨ, ਤੇਰੇ ਪਿਆਰਿਆਂ ਦਾ ਸੰਗ ਕਰਦੇ ਹਨ, ਉਹਨਾਂ ਦੇ ਸਾਰੇ ਪਾਪ ਗੁਨਾਹ ਜਿਹੜੇ ਨੇ, ਉਹ ਆਫੂ ਆਫੂ ਤੋਂ ਬਾਅਦ ਬਖਸ਼ੇ ਜਾਂਦੇ ਹਨ। ਦੁਨੀਆ ਚੀਜ਼ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਮ। ਵਾਹਿਗੁਰੂ ਜੀ, ਤੇਰਾ ਨਾਮ ਹੀ ਸੱਚਾ ਸੁਖ ਦੇਣ ਵਾਲਾ ਹੈ। ਸੱਚਾ ਸੁਖ ਤੇਰੇ ਨਾਮ ਦੇ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਪਰ ਨਾਲ ਹੀ ਇੱਕ ਗੱਲ ਸਮਝਾਈ, ਦੁਨੀਆ ਚੀਜ਼ ਫਿਲਹਾਲ ਸਗਲੇ, ਦੁਨੀਆ ਚੀਜ਼ ਦੁਨੀਆ ਦੇ ਪਦਾਰਥ, ਦੁਨੀਆ ਚੀਜ਼ ਦੁਨੀਆ ਦੇ ਪਦਾਰਥ ਫਿਲਹਾਲ, ਹੁਣੇ ਹੁਣੇ ਆਪਾਂ ਆਮ ਅੱਖਰ ਵਰਤਦੇ ਹਾਂ, ਹੁਣੇ ਹੁਣੇ ਭਾਵ ਖਿੰਨ ਭੰਗਰ, ਨਾਸ਼ ਹੋ ਜਾਣ ਵਾਲੇ, ਫਿਲਹਾਲ ਦਾ ਭਾਵ ਹੁਣੇ ਹੁਣੇ, ਹੁਣੇ ਹੁਣੇ ਤੋਂ ਭਾਵ ਬੜੀ ਛੇਤੀ ਨਾਸ਼ ਹੋ ਜਾਣ ਵਾਲੇ ਹਨ ਦੁਨੀਆਂ ਦੇ ਸਾਰੇ ਹੀ ਪਦਾਰਥ। ਗੁਰ ਮਿਲ ਨਾਨਕ ਬੂਝਿਆ, ਸਦਾ ਏਕ ਸੁਗਾਉ। ਮੇਰੇ ਉੱਤੇ ਤਾਂ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ, ਮੈਂ ਇਸ ਗੱਲ ਨੂੰ ਸਮਝਿਆ ਕਿ ਦੁਨੀਆਂ ਦੇ ਪਦਾਰਥ ਸਾਥ ਦੇਣ ਵਾਲੇ ਨਹੀਂ, ਨਾਮ ਹੀ ਸੱਚਾ ਸੁਖ ਦੇਣ ਵਾਲਾ ਹੈ। ਇਸ ਵਾਸਤੇ ਮੈਂ ਹਰ ਵੇਲੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹਾਂ, ਕਿਉਂਕਿ ਜਪ ਮਨ ਸਤਨਾਮ, ਸਦਾ ਸਤਨਾਮ,
हलत पलत मुख उजल होई है, नित त्याई हर पुरख निरंजना। समुचा शब्द सानू ए प्रेरणा करता है कि वाहिगुरु परमात्मा दी कुदरत विच विचरदिया होया, वाहिगुरु परमात्मा दे सारे पैदा किए हुए जीव जड़े हन इन्हां दे नाल प्यार करिए, दाता तो उच्चे उठ के दाते नाल जुड़ जाइए। ते फिर की करना है, मंग ए करनी है, विसरना ही दातार अपना नाम देहो, गुण गावा दिन रात। नानक चाओ एहो क्योंकि अबनासी खेम चाहे जे नानक, सदा सिमर नारायण। जिन्ना को हो सके किरत विरत कर दिया, दुनिया दे विच जिम्मेवारी निभा दिया, जरूर जपन दा यतन करिए जी। भुला चुका दी खिमा, आओ अखीरलिया पंक्तियां दा पाठ सरवन करो जी। दुनिया चीज फिलहाल सगले, सच सुख तेरा नाओ, गुर मिल नानक बूझिया, सदा एकस गाओ। वाहिगुरु जी का खालसा, वाहिगुरु जी की फतेह।